ਜਿਹੜਾ ਮੇਲਾ ਲਾਇਆ ਉੱਥੇ ਜਾ ਸ਼ਹੀਦੀ ਦਾ ਤੁਰੇ ਜਾਂਦੇ ਰਾਹ ਤੇ ਬੱਚਿਆਂ ਦੀਆਂ ਸ਼ਹੀਦੀਆਂ ਹੋਈਆਂ ਇਹਨਾਂ ਲਾਇਆ ਉੱਥੇ ਜਾ ਕੇ ਸਾਡੇ ਨੇ ਇਜਾਜ਼ਤ ਦਿੱਤੀ ਆ ਉੱਥੋਂ ਦੀਆਂ ਡੀਜੇ ਲਾਉਂਦੇ ਨੱਚਦੇ ਆ ਗੰਦੇ ਗਾਣੇ ਗਾਉਂਦੇ ਸਾਡੇ ਜਾਗਮਾਂ 'ਚ ਵੋਟ ਪਾਉਂਦੇ ਆ ਸਿੱਖਾਂ ਦਾ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਕੀਤੀ ਤਾਂ ਹਿੰਦੂਆਂ ਦਾ ਵੀ ਉਨਾ ਹੀ ਮਿਲੂਗਾ ਇਹਨਾਂ ਨੂੰ ਚਾਹੀਦਾ ਕਿ ਇਜਾਜ਼ਤ ਨਾ ਦਿੰਦੇ ਦੂਜੀ ਮੰਗ ਮੇਰੀ ਇਹ ਆ ਵੀ ਇਹ ਕਰਮਚਾਰੀ ਕੋਈ ਇੱਥੇ ਕੋਈ ਹੈਣੀ ਵੀ ਆਪਣੀ ਗਲਤੀ ਨਹੀਂ ਮੈਂ ਧੱਕੇ ਨਾਲ ਚੜਿਆ ਉਹਨਾਂ ਦੇ ਮੈਂ ਮਰਕ ਚੜਿਆ ਜੀ ਮੈਂ ਮਾਫ਼ੀ ਮੰਗਦਾ ਟਾਵਰ ਤੇ ਬੈਠੇ ਇਹ ਨਿਹੰਗ ਸਿੰਘ ਨੇ ਜਿਨ੍ਹਾਂ ਦੀ ਮੰਗ ਹੈ ਕਿ ਸ਼ਹਿਰ ਦੇ ਵਿੱਚ ਇੱਕ ਮੇਲਾ ਲੱਗਿਆ ਹੋਇਆ ਉਸ ਮੇਲੇ ਦੇ ਵਿੱਚ ਗਾਣੇ ਲੱਗੇ ਹੋਏ ਨੇ ਉਹ ਗਾਣੇ ਬੰਦ ਕੀਤੇ ਜਾਣ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਸ ਮੌਕੇ ਇਸ ਮੇਲੇ ਦੇ ਵਿੱਚ ਗਾਣਿਆਂ ਤੇ ਲੋਕ ਨੱਚ ਰਹੇ ਨੇ ਜਿਸ ਦੇ ਰੋਸ ਵਜੋਂ ਇਹ ਨਿਹੰਗ ਸਿੰਘ ਟਾਵਰ ਤੇ ਚੜ੍ਹੇ ਹੋਏ ਨੇ ਨੀਚੇ ਇਹਨਾਂ ਦੇ ਪੁਲਿਸ ਮੁਲਾਜ਼ਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਨ੍ਹਾਂ ਦੇ ਵੱਲੋਂ ਥੱਲੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਨਿਹੰਗ ਸਿੰਘ ਆਪਣੀ ਅੜੀ ਤੇ ਅੜੇ ਹੋਏ ਨੇ ਮਾਮਲਾ ਮੋਗੇ ਤੋਂ ਸਾਹਮਣੇ ਆਇਆ ਇੰਪਰੂਵਮੈਂਟ ਟਰੱਸਟ ਦੇ ਵੱਲੋਂ ਸ਼ਹਿਰ ਦੇ ਵਿੱਚ ਮੇਲਾ ਲਗਾਇਆ ਜਾ ਰਿਹਾ ਉਸ ਮੇਲੇ ਦੇ ਵਿੱਚ ਗਾਣੇ ਚੱਲ ਰਹੇ ਨੇ ਲੋਕ ਉਹਨਾਂ ਗਾਣਿਆਂ ਤੇ ਨੱਚ ਰਹੇ ਨੇ ਤਾਂ ਇਹਨਾਂ ਨਿਹੰਗ ਸਿੰਘਾਂ ਦਾ ਰੋਸ ਹੈ ਕਿ ਇਹਨਾਂ ਲੋਕਾਂ ਦੇ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਜਦਕਿ ਦੂਜੇ ਪਾਸੇ ਛੋਟੇ ਸਾਹਿਬਜ਼ਾਦੇ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਕੀਤੇ ਗਏ ਤਾਂ ਇਸ ਵੇਲੇ ਨਿਹੰਗ ਸਿੰਘ ਟੈਲੀਫੋਨ ਐਕਸਚੇਂਜ ਦੇ ਟਾਵਰਾਂ ਤੇ ਚੜ੍ਹੇ ਹੋਏ ਨੇ ਜਿਨ੍ਹਾਂ ਦੀ ਮੰਗ ਹੈ ਕਿ ਮੇਲੇ ਦੇ ਵਿੱਚ ਜੋ ਗਾਣੇ ਚੱਲ ਰਹੇ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਆਪਣੀ ਇਸ ਅੜੀ ਤੇ ਨਿਹੰਗ ਸਿੰਘ ਅੜੇ ਹੋਏ ਨੇ ਹਾਲਾਂਕਿ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਹਨਾਂ ਨਿਹੰਗ ਸਿੰਘਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹਨਾਂ ਦਾ ਇਹੀ ਰੋਸ ਹੈ ਕਿ ਇੰਪਰੂਵਮੈਂਟ ਟਰੱਸਟ ਦੇ ਵੱਲੋਂ ਜੋ ਮੇਲਾ ਲਗਾਇਆ ਗਿਆ ਉਸ ਮੇਲੇ ਦੇ ਵਿੱਚ ਗਾਣੇ ਵੱਜ ਰਹੇ ਨੇ ਉਹਨਾਂ ਗਾਣਿਆਂ 'ਤੇ ਲੋਕ ਨੱਚ ਰਹੇ ਨੇ ਤਾਂ ਇਹਨਾਂ ਗਾਣਿਆਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਸੋਗ ਦੇ ਦਿਨ ਮਨਾਏ ਜਾ ਰਹੇ ਨੇ ਇਹਨਾਂ ਸੋਗ ਦੇ ਦਿਨਾਂ ਦੇ ਵਿੱਚ ਇਹ ਲੋਕ ਜਸ਼ਨ ਖੁਸ਼ੀਆਂ ਮਨਾ ਰਹੇ ਨੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਭੁੱਲੇ ਨੇ ਇਹ ਲੋਕ ਇਹ ਨਿਹੰਗ ਸਿੰਘਾਂ ਦਾ ਕਹਿਣਾ ਹੈ ਜਿਹੜਾ ਮੇਲਾ ਲਾਇਆ ਉੱਥੇ ਜਾ ਸ਼ਹੀਦੀ ਦਾ ਤੁਰੇ ਜਾਂਦੇ ਰਾਹ ਤੇ ਬੱਚਿਆਂ ਦੀਆਂ ਸ਼ਹੀਦੀਆਂ ਹੋਈਆਂ ਇਹਨਾਂ ਲਾਇਆ ਉੱਥੇ ਜਾ ਕੇ ਸਾਡੇ ਨੇ ਇਜਾਜ਼ਤ ਦਿੱਤੀ ਆ ਉੱਥੋਂ ਦੀਆਂ ਡੀਜੇ ਲਾਉਂਦੇ ਨੱਚਦੇ ਆ ਗੰਦੇ ਗਾਣੇ ਗਾਉਂਦੇ ਸਾਡੇ ਜਾਗਮਾਂ 'ਚ ਵੋਟ ਪਾਉਂਦੇ ਆ ਸਿੱਖਾਂ ਦਾ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਕੀਤੀ ਤਾਂ ਹਿੰਦੂਆਂ ਦਾ ਵੀ ਉਨਾ ਹੀ ਮਿਲੂਗਾ ਇਹਨਾਂ ਨੂੰ ਚਾਹੀਦਾ ਕਿ ਇਜਾਜ਼ਤ ਨਾ ਦਿੰਦੇ ਦੂਜੀ ਮੰਗ ਮੇਰੀ ਇਹ ਆ ਵੀ ਇਹ ਕਰਮਚਾਰੀ ਕੋਈ ਇੱਥੇ ਕੋਈ ਹੈਣੀ ਵੀ ਆਪਣੀ ਗਲਤੀ ਨਹੀਂ ਮੈਂ ਧੱਕੇ ਨਾਲ ਚੜਿਆ ਉਹਨਾਂ ਦੇ ਮੈਂ ਮਰਕ ਚੜਿਆ ਜੀ ਮੈਂ ਮਾਫ਼ੀ ਮੰਗਦਾ ਟਾਵਰ ਤੇ ਬੈਠੇ ਇਹ ਨਿਹੰਗ ਸਿੰਘ ਨੇ ਜਿਨ੍ਹਾਂ ਦੀ ਮੰਗ ਹੈ ਕਿ ਸ਼ਹਿਰ ਦੇ ਵਿੱਚ ਇੱਕ ਮੇਲਾ ਲੱਗਿਆ ਹੋਇਆ ਉਸ ਮੇਲੇ ਦੇ ਵਿੱਚ ਗਾਣੇ ਲੱਗੇ ਹੋਏ ਨੇ ਉਹ ਗਾਣੇ ਬੰਦ ਕੀਤੇ ਜਾਣ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਸ ਮੌਕੇ ਇਸ ਮੇਲੇ ਦੇ ਵਿੱਚ ਗਾਣਿਆਂ ਤੇ ਲੋਕ ਨੱਚ ਰਹੇ ਨੇ ਜਿਸ ਦੇ ਰੋਸ ਵਜੋਂ ਇਹ ਨਿਹੰਗ ਸਿੰਘ ਟਾਵਰ ਤੇ ਚੜ੍ਹੇ ਹੋਏ ਨੇ ਨੀਚੇ ਇਹਨਾਂ ਦੇ ਪੁਲਿਸ ਮੁਲਾਜ਼ਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਨ੍ਹਾਂ ਦੇ ਵੱਲੋਂ ਥੱਲੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਨਿਹੰਗ ਸਿੰਘ ਆਪਣੀ ਅੜੀ ਤੇ ਅੜੇ ਹੋਏ ਨੇ ਮਾਮਲਾ ਮੋਗੇ ਤੋਂ ਸਾਹਮਣੇ ਆਇਆ ਇੰਪਰੂਵਮੈਂਟ ਟਰੱਸਟ ਦੇ ਵੱਲੋਂ ਸ਼ਹਿਰ ਦੇ ਵਿੱਚ ਮੇਲਾ ਲਗਾਇਆ ਜਾ ਰਿਹਾ ਉਸ ਮੇਲੇ ਦੇ ਵਿੱਚ ਗਾਣੇ ਚੱਲ ਰਹੇ ਨੇ ਲੋਕ ਉਹਨਾਂ ਗਾਣਿਆਂ ਤੇ ਨੱਚ ਰਹੇ ਨੇ ਤਾਂ ਇਹਨਾਂ ਨਿਹੰਗ ਸਿੰਘਾਂ ਦਾ ਰੋਸ ਹੈ ਕਿ ਇਹਨਾਂ ਲੋਕਾਂ ਦੇ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਜਦਕਿ ਦੂਜੇ ਪਾਸੇ ਛੋਟੇ ਸਾਹਿਬਜ਼ਾਦੇ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਕੀਤੇ ਗਏ ਤਾਂ ਇਸ ਵੇਲੇ ਨਿਹੰਗ ਸਿੰਘ ਟੈਲੀਫੋਨ ਐਕਸਚੇਂਜ ਦੇ ਟਾਵਰਾਂ ਤੇ ਚੜ੍ਹੇ ਹੋਏ ਨੇ ਜਿਨ੍ਹਾਂ ਦੀ ਮੰਗ ਹੈ ਕਿ ਮੇਲੇ ਦੇ ਵਿੱਚ ਜੋ ਗਾਣੇ ਚੱਲ ਰਹੇ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਆਪਣੀ ਇਸ ਅੜੀ ਤੇ ਨਿਹੰਗ ਸਿੰਘ ਅੜੇ ਹੋਏ ਨੇ ਹਾਲਾਂਕਿ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਇਹਨਾਂ ਨਿਹੰਗ ਸਿੰਘਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹਨਾਂ ਦਾ ਇਹੀ ਰੋਸ ਹੈ ਕਿ ਇੰਪਰੂਵਮੈਂਟ ਟਰੱਸਟ ਦੇ ਵੱਲੋਂ ਜੋ ਮੇਲਾ ਲਗਾਇਆ ਗਿਆ ਉਸ ਮੇਲੇ ਦੇ ਵਿੱਚ ਗਾਣੇ ਵੱਜ ਰਹੇ ਨੇ ਉਹਨਾਂ ਗਾਣਿਆਂ 'ਤੇ ਲੋਕ ਨੱਚ ਰਹੇ ਨੇ ਤਾਂ ਇਹਨਾਂ ਗਾਣਿਆਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਸੋਗ ਦੇ
ਦਿਨ ਮਨਾਏ ਜਾ ਰਹੇ ਨੇ। ਇਹਨਾਂ ਸੋਗ ਦੇ ਦਿਨਾਂ ਦੇ ਵਿੱਚ ਇਹ ਲੋਕ ਜਸ਼ਨ ਖੁਸ਼ੀਆਂ ਮਨਾ ਰਹੇ ਨੇ। ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਭੁੱਲੇ ਨੇ ਇਹ ਲੋਕ, ਇਹ ਨਿਹੰਗ ਸਿੰਘਾਂ ਦਾ ਕਹਿਣਾ ਹੈ।